ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਜੀ ਜੋ ਕਿ ਪੰਜਾਬ ਦੇ ਵਿੱਚ ਆਊਟ ਕਰ ਦਿੱਤਾ ਗਿਆ ਹੈ ਜਿਸ ਵਿੱਚ 12th ਗ੍ਰੈਜੂਏਸ਼ਨ ਦੇ ਪੋਸਟ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਨੇ ਓਲਿਜੀਬਲ ਹੋਣ ਵਾਲੇ ਨੇ ਲੇਟੈਸਟ ਰਿਕਰੂਟਮੈਂਟ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਅੱਜ ਹੀ ਆਊਟ ਹੋਇਆ ਜੀ ਤੇ ਤੁਹਾਡੇ ਲਈ ਸਭ ਤੋਂ ਪਹਿਲਾਂ ਲੈ ਕੇ ਆਏ ਹਾਂ ਜੀ ਨਵਾਂ ਨੋਟੀਫਿਕੇਸ਼ਨ ਪੂਰੀ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਮੈਂ ਦਵਾਂਗਾ ਕਿੱਦਾਂ ਇਹਚ ਅਪਲਾਈ ਕਰਨਾ ਹੈ ਕੌਣ ਕੌਣ ਅ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਜਿਹੜਾ ਬੈਲ ਆਈਕਨ ਦਬਾ ਦੇਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਜਿਹੜਾ ਅਪਲਾਈ ਵੀ ਕਰ पाओ ਤੇ ਨਾਲ ਦੀ ਨਾਲ ਅਗਰ ਤੁਸੀਂ ਸਾਰੇ ਅਪਡੇਟ ਆਪਣੇ ਈਮੇਲ ਬਾਕਸ ਦੇ ਵਿੱਚ ਚਾਹੁੰਦੇ ਹੋ ਉਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ Google ਤੇ ਜਾਣਾ ਟਾਈਪ ਕਰਨਾ clory.com ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਏਗੀ ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਜੀ ਤੇ ਨਾਲ ਦੀ ਨਾਲ ਦੱਸਣਾ ਚਾਹਾਂਗਾ ਅਗੇ ਗਵਰਨਮੈਂਟ ਜੌਬ ਦੀ ਕਿਸੇ ਵੀ ਦੀ ਵੀ ਤਿਆਰੀ ਕਰ ਰਹੇ ਤੁਸੀਂ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਤੁਸੀਂ ਉੱਥੇ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਜੀ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਤੇ ਉੱਥੇ ਜਾ ਕੇ ਅਸੀਂ ਕੰਪਲੀਟ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਜੀ ਅਪਲਾਈ ਕਿੱਦਾਂ ਕਰਨਾ ਹੈ ਇਹਦੇ ਲਈ ਅਪਲਾਈ ਕਰਨ ਦੇ ਲਈ ਆਫਲਾਈਨ ਤੁਹਾਨੂੰ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਹ ਸਬਮਿਟ ਕਰਨਾ ਹੋਵੇਗਾ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਜਿਸ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਉਸ ਪੋਸਟ ਦਾ ਨਾਮ ਲਿਖਣਾ ਹੈ ਜੀ ਥੈਨ ਤੁਸੀਂ ਇੱਥੇ ਆਪਣੀ ਪਾਸਪੋਰਟ ਸਾਈਜ਼ ਰੀਸੈਂਟਲੀ ਖਿਚਵਾਈ ਹੋਈ ਜਿਹੜੀ ਫੋਟੋ ਹੈ ਜੀ ਉਹ ਤੁਹਾਨੂੰ ਇੱਥੇ ਅਟੈਚ ਕਰਨੀ ਹੋਵੇਗੀ ਪਲਨ ਬੈਕਗ੍ਰਾਉਂਡ ਦੇ ਨਾਲ ਤੇ ਤੁਸੀਂ ਅਟੈਚ ਕਰਨੀ ਹੈ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਤੇ ਵਿੱਚ ਫੁੱਲ ਨੇਮ ਲਿਖਣਾ ਹੈ ਜੀ ਆਪਣਾ ਪੂਰਾ ਫਾਰਮ ਕੈਪੀਟਲ ਵਰਡਸ ਵਿੱਚ ਭਰਨਾ ਹੋ ਫਾਦਰ ਨੇਮ ਲਿਖਣਾ ਹੈ ਜੀ ਥੈਨ ਤੁਸੀਂ ਆਪਣਾ ਡੇਟ ਆਫ ਬਰਥ ਇੱਥੇ ਲਿਖ ਦੇਣਾ ਹੈ ਜੀ ਉਸ ਤੋਂ ਬਾਅਦ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਮੈਂਸ਼ਨ ਕਰਨੀ ਹੈ ਮੇਲ ਅਤੇ ਫੀਮੇਲ ਠੀਕ ਹੈ ਜੀ ਜਿਹੜੀ ਵੀ ਤੁਸੀਂ ਹੁਣ ਕਲਿੱਕ ਕਰ ਦੇਣੀ ਹੈ ਜੀ ਇੱਥੇ ਉਸ ਤੋਂ ਬਾਅਦ ਜਿਸ ਐਗਜ਼ਾਮੀਨੇਸ਼ਨ ਤੁਸੀਂ ਪਾਸ ਆਊਟ ਕੀਤਾ ਉਹਦਾ ਨਾਮ ਲਿਖਣਾ ਹੈ ਜੀ 10th 12th ਜੋ ਵੀ ਹੈ ਔਰ ਬੋਰਡ ਯੂਨੀਵਰਸਿਟੀ ਦਾ ਨਾਮ ਲਿਖਣਾ ਹੈ ਨੇਮ ਆਫ ਇੰਸਟੀਟਿਊਟ ਕਿਸ ਤੋਂ ਪਾਸ ਆਊਟ ਕੀਤੀ ਹੈ ਈਅਰ ਆਫ ਪਾਸਿੰਗ ਕਿੰਨੀ ਸੀਗੀ ਤੁਹਾਡੀ ਕਿਸ ਸੇਮ ਤੁਸੀਂ ਪਾਸ ਕੀਤਾ ਹੈ ਟੋਟਲ ਮਾਰਕਸ ਕਿੰਨੇ ਸੀਗੇ ਮਤਲਬ ਕਿੰਨੇ ਵਿੱਚੋਂ ਆਏ ਨੇ ਔਰ ਕਿੰਨੇ ਮਾਰਕਸ ਤੁਹਾਡੇ ਆਏ ਨੇ ਉਹ ਔਰ ਉਹਦੀ ਪਰਸੈਂਟੇਜ ਤੁਸੀਂ ਇੱਥੇ ਬਣਾ ਕੇ ਲਿਖਣੀ ਹੈ ਜਿਦਾ ਕਿ ਤੁਹਾਨੂੰ ਪਤਾ ਹੈ ਕਿਸੇ ਵੀ ਡੀਐਮਸੀ ਦੇ ਉੱਪਰ ਪਰਸੈਂਟੇਜ ਨਹੀਂ ਲਿਖੀ ਹੁੰਦੀ ਸੋ ਤੁਸੀਂ ਉਹ ਪਰਸੈਂਟੇਜ ਖੁਦ ਕੱਢਣੀ ਹੈ ਔਰ ਇੱਥੇ ਲਿਖ ਦੇਣਾ ਹੈ ਜੀ ਕੋਈ ਵਰਕ ਐਕਸਪੀਰੀਅੰਸ ਹੈਗਾ ਤਾਂ ਉਹ ਤੁਸੀਂ ਲਿਖਣਾ ਹੈ ਜੀ ਔਰ ਨਾਲ ਤੁਸੀਂ ਇੰਡੀਕੇਟ ਕਰਨਾ ਹੈ ਕਿ ਕਿਹੜਾ ਤੁਸੀਂ EMPLOYEER ਦੇ ਅੰਡਰ ਜਿਹੜਾ ਜੀ ਕੰਮ ਕੀਤਾ ਕਿੰਨੇ ਪੀਰੀਅਡ ਲਈ ਕਮਿਊਨੀਕੇਸ਼ਨ ਐਡਰੈਸ ਦੈਨ ਤੁਹਾਡਾ ਟੈਲੀਫੋਨ ਨੰਬਰ ਦੈਨ ਤੁਹਾਡਾ ਪਰਮਾਨੈਂਟ ਐਡਰੈਸ ਤੇ ਨੈਸ਼ਨੈਲਿਟੀ ਉਸ ਤੋਂ ਬਾਅਦ ਜਿਹੜੇ ਜ਼ਰਕਸ ਕਾਪੀ ਨਾਲ ਅਟੈਚ ਕਰਨੀ ਹੋ ਇਦਲੀ ਨੈਕਸਟ ਤੁਸੀਂ ਇੱਥੇ ਕਰਨੇ ਨੇ ਸਿਗਨੇਚਰ ਔਰ ਸਾਰੇ ਦੇ ਸਾਰੇ 셀ਫ ਟੈਸਟਡ ਫੋਟੋਗ੍ਰਾਫਸ ਜਿਹੜੇ ਨੇ ਨਾਲ ਤੁਸੀਂ ਲਗਾ ਦੇਣੇ ਨੇ ਇੱਕ ਫੋਟੋਕਾਪੀ ਤੇ ਲਗਾ ਕੇ ਇਹਨਾਂ ਨੂੰ ਦਿੱਤੇ ਗਏ ਐਡਰੈਸ ਦੇ ਉੱਪਰ ਸੈਂਡ ਕਰਨਾ ਹੈ ਜਿਸ ਐਨਵੈਲਪ ਦੇ ਵਿੱਚ ਸੈਂਡ ਕਰੋਗੇ ਦੇ ਉੱਪਰ ਜਿਸ ਪੋਸਟ ਲਈ ਅਪਲਾਈ ਕਰ ਰਹੇ ਹੋ ਉਸ ਪੋਸਟ ਦਾ ਨਾਮ ਵੀ ਜ਼ਰੂਰ ਲਿਖਣਾ ਹੋਏਗਾ ਜੀ ਇਸ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਅਲੱਗ-ਅਲੱਗ ਵੈਕੈਂਸੀਜ਼ ਨੇ ਹੁ ਤਾਂ ਦੱਸ ਦੇਣਾ ਹੈ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੈਕੈਂਸੀਜ਼ ਦੀ ਇਸ ਦੇ ਵਿੱਚ ਸਭ ਤੋਂ ਪਹਿਲੀ ਪੋਸਟ ਜਿਹੜੀ ਹੈ ਜੀ ਉਹ ਆਊਟ ਹੋਈ ਹੈ ਜੀ ਅਕਾਊਂਟੈਂਟ ਦੀ ਜਿਹਦੇ ਵਿੱਚ ਇੱਕ ਪ ਤੇ ਸੀਏ ਪਾਸ ਆਊਟ ਕੀਤਾ ਹੋਇਆ ਕਿਸ ਮਿਨੀਮਮ 1 ਸਾਲ ਦਾ ਐਕਸਪੀਰੀਅੰਸ ਹੈਗਾ ਰੈਲੇਵੈਂਟ ਫੀਲ ਦਾ ਉਹ ਅਪਲਾਈ ਕਰ ਸਕਦੇ ਨੇ ਔਰ ਕੰਪਿਊਟਰ ਸਕਿੱਲ ਤੇ ਟੈਲੀ ਸੌਫਟਵੇਅਰ ਦੀ ਨੌਲੇਜ ਤੁਹਾਨੂੰ ਜਿਹੜੀ ਹੈ ਜੀ ਹੋਣੀ ਜ਼ਰੂਰੀ ਹੈ ਅਕਾਊਂਟੈਂਟ ਨੂੰ ਔਰ ਜਿਹੜੇ ਵੀ ਅਕਾਊਂਟੈਂਟ ਦੀ ਜੌਬ ਕਰਦੇ ਨੇ ਉਹਨਾਂ ਦਾ ਐਕਸਪੀਰੀਅੰਸ ਜ਼ਰੂਰ ਹੁੰਦਾ ਕਿਉਂਕਿ ਰੈਲੇਵੈਂਟ ਫੀਲ ਦਾ ਐਕਸਪੀਰੀਅੰਸ ਰਿਕੁਆਇਰਡ ਹੈ ਉਹ ਤੁਹਾਨੂੰ ਚਾਹੀਦਾ ਹੀ ਹੋਏਗਾ ਨੈਕਸਟ ਇਹਦੇ ਵਿੱਚ 11000 ਪਰ ਮੰਨ ਤੁਹਾਨੂੰ ਸੈਲਰੀ ਜਿਹੜੀ ਹੈ ਜੀ ਦਿੱਤੀ ਜਾਏਗੀ ਨੈਕਸਟ ਗੱਲ ਕਰਾਂ ਕੰਪਿਊਟਰ ਅਸਿਸਟੈਂਟ ਦੀਆਂ ਵੈ ਇੰਟਰਨੈਟ ਦੀ ਨੌਲੇਜ ਹੈਗੀ ਬੇਸਿਕ ਪ੍ਰੋਗਰਾਮਿੰਗ ਸਕਿਲਸ ਨੇ ਔਰ 1 ਸਾਲ ਦਾ ਐਕਸਪੀਰੀਅੰਸ ਹੈਗਾ ਡਿਜ਼ਰਵ ਕਿਸੇ ਵੀ ਫੀਲਡ ਦਾ ਮਤਲਬ ਜੋ ਕਿ ਤੁਹਾਡੀ ਸੇਮ ਫੀਲਡ ਦਾ ਹੋਵੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਤੁਹਾਡੀ ਸੈਲਰੀ 12000 ਪਰ ਮਹੀਨਾ ਰਹਿਣ ਵਾਲੀ ਹੈ ਜੀ ਨੈਕਸਟ ಗ್ರಾಮ ਰੁਜ਼ਗਾਰ ਸਹਿਯਕ ਸਹਾਇਕ ਦੀਆਂ 5 ਵੈਕੈਂਸੀ ਆਊਟ ਕੀਤੀਆਂ ਗਈਆਂ ਨੇ ਜਿਦੇ ਵਿੱਚ ਪਲੱਸ 2 ਵਾਲੇ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਤਾਂ ਡਾਟਾ ਐਂਟਰੀ ਸਕਿਲਸ ਹੋਣੇ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਡਾਟਾ ਐਂਟਰੀ ਦਾ ਸੈਂਸ ਕਿ ਕਿਸੇ ਵੀ ਕੋਈ ਤੁਹਾਨੂੰ ਡਾਟਾ ਦਿੱਤਾ ਗਿਆ ਉਹਨੂੰ ਕੰਪਿਊਟਰ ਦੇ ਵਿੱਚ ਫੀਡ ਕਰਨਾ ਹੈ ਉਹਦੀ ਨੌਲੇਜ ਤੁਹਾਨੂੰ ਥੋੜੀ-ਬਹੁਤ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਕੰਪਿਊਟਰ ਕੋਰਸਿਸ ਕੀਤੇ ਹੋਣ ਉਹਨਾਂ ਨੂੰ ਉਹਨਾਂ ਨੂੰ ਬੇਸਿਕ ਨੌਲੇਜ ਹੁੰਦੀ ਹੈ ਇਸ ਚੀਜ਼ ਦੀ 10700 ਤੁਹਾਡੀ ਪਰ ਮਨਥ ਸੈਲਰੀ ਜਿਹੜੀ ਹੈ ਜਿਸ ਦੇ ਵਿੱਚ ਰਹਿਣ ਵਾਲੀ ਹੈ ਜਿਹੜੇ ਵੀ ਚਾਹਵਾਨ ਹੈਗੇ ਨੇ ਉਮੀਦਵਾਰ ਉਹ ਜਰੂਰ ਅਪਲਾਈ ਕਰਨ ਜੀ ਇਹਦੇ ਲਈ ਲਾਸਟ ਜਿਹੜਾ ਜੀ ਤੁਹਾਡਾ ਪੋਸਟਲ ਥਰੂ ਤੁਸੀਂ ਸੈਂਡ ਕਰਨਾ ਹੈ ਜੀ ਜੋ ਕਿ ਇਹਦੇ ਵਿੱਚ 9 ਵਜੇ ਤੱਕ ਤੁਹਾਡਾ ਜਿਹੜਾ ਜੀ ਤੁਸੀਂ ਸੈਂਡ ਕਰ ਸਕਦੇ ਹੋ ਇਸ ਦੇ ਵਿੱਚ ਜਿਹੜੀ ਹੈ ਜੀ ਕੋਈ ਵੀ ਤੁਸੀਂ ਭੇਜਦੇ ਹੋ ਜਿਹੜੀ ਕਿ 18 12 2021 ਤੱਕ ਤੁਹਾਨੂੰ ਲਾਸਟ ਡੇਟ ਹੈ ਅਪਲਾਈ ਕਰਨ ਦੀ ਸੋ ਤੁਸੀਂ ਅਪਲਾਈ ਕਰ ਸਕਦੇ ਹੋ ਮਤਲਬ ਕੋਈ ਤੁਹਾਨੂੰ ਹੈਗੀ ਡਾਊਟ ਹੈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਇਸ ਵਿੱਚ ਬਾਕੀ ਸਾਰੀ ਡਿਟੇਲ ਹੇਠਾਂ ਮੈਂਸ਼ਨ ਕੀਤੀਆਂ ਹੋਈਆਂ ਜੀ ਪਰ ਤੁਸੀਂ ਇਹਨਾਂ ਨੂੰ ਸੈਂਡ ਕਰਨਾ ਹੈ ਜੋ ਕਿ ਇਹਨਾਂ ਦੀ ਪਸਪੀਰ ਪੋਸਟ ਦੇ ਲਈ ਤੁਸੀਂ ਸੈਂਡ ਕਰ ਸਕਦੇ ਹੋ ਰਜਿਸਟਰਡ ਡਾਕ ਦੇ ਥਰੂ ਜੋ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਐਸ ਐਸ ਨਗਰ ਕਮਰਾ ਨੰਬਰ 466 TG ਮੰਝਲ DC ਕੰਪਲੈਕਸ ਸੈਕਟਰ 76 ਵਿਖੇ ਤੁਸੀਂ ਸੈਂਡ ਕਰਨਾ ਹੈ ਜੋ ਕਿ 8 12 2021 ਸ਼ਾਮ 5:00 ਵਜੇ ਤੋਂ ਪਹਿਲਾਂ ਪਹੁੰਚਣ ਤੁਹਾਡੀ ਅਪਲੀਕੇਸ਼ਨ ਪਹੁੰਚਨੇ ਚਾਹੀਦੀਆਂ ਨੇ ਸੋ ਇਸ ਦੇ ਵਿੱਚ ਨੂੰ 2 ਮਹੀਨੇ ਤੱਕ ਦਾ ਜਿਹੜਾ ਜੀ ਸਮਾਂ ਰੱਖਿਆ ਜਾਵੇਗਾ ਉਸ ਤੋਂ ਬਾਅਦ ਉਹਨਾਂ ਨੂੰ ਰੀਨਿਊ ਵੀ ਕੀਤਾ ਜਾ ਸਕਦਾ ਹੈ ਉਹਨਾਂ ਵਿੱਚ ਕੰਮ ਤਸੱਲੀ ਬਖਸ਼ ਨਾ ਹੋਣ ਤੇ 1 ਮਹੀਨੇ ਦਾ ਨੋਟਿਸ ਦੇ ਕੇ ਉਹਨਾਂ ਨੂੰ ਸੇਵਾ ਤੋਂ ਰੱਦ ਵੀ ਕੀਤਾ ਜਾ ਸਕਦਾ ਹੈ ਸੋ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਜੀ ਤੁਸੀਂ ਜ਼ਰੂਰ ਕਮੈਂਟ ਕਰਨਾ ਹੈ ਜੀ ਔਰ ਇਸ ਦੇ ਵਿੱਚ 10ਵੀਂ ਪੱਧਰ ਤੇ ਪੰਜਾਬੀ ਲੈਂਗੁਏਜ ਪਾਸ ਹੋਣਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਦੇ ਵਿੱਚ ਜੀ ਸੋ ਵੀ ਦੇਣੀ ਹੋਏਗੀ ਉਹਨਾਂ ਬਾਰੇ ਕੋਈ ਅਪਰਾਧਿਕ ਜਿਹੜੀ ਕਿਸੇ ਤਰ੍ਹਾਂ ਦੀ ਵਿਜੀਲੈਂਸ ਕੇਸ ਨਹੀਂ ਚੱਲ ਰਿਹਾ ਸੋ ਉਹ ਵੀ ਤੁਹਾਨੂੰ ਲਿਖਣਾ ਹੋਏਗਾ ਜੀ ਸੋ ਇਹ ਵੈਕੈਂਸੀ ਜਿਹੜੀਆਂ ਮੈਂ ਤੁਹਾਨੂੰ ਦੱਸ ਦਿੰਨਾ ਜੀ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ ਡਿਸਟ੍ਰਿਕਟ ਪ੍ਰੋਗਰਾਮ ਕੋਆਰਡੀਨੇਟਰ ਮਗਰ ਰੇਗਾ ਬਲੋ ਐਸਐਸ ਨਗਰ ਬਲੋ ਆਊਟ ਕੀਤੀਆਂ ਗਈਆਂ ਨੇ ਜੀ ਸੋ ਮੈਂ ਤੁਹਾਨੂੰ ਸ਼ੇਅਰ ਕਰ ਦਿੱਤੀ ਪੂਰੀ ਡਿਟੇਲ ਠੀਕ ਹੈ ਜੀ ਇਹ ਨੋਟੀਫਿਕੇਸ਼ਨ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਡਾਊਨਲੋਡ ਕਰਕੇ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਮਿਲਾਂਗੇ ਨਵੇਂ ਨੋਟੀਫਿਕੇਸ਼ਨ ਨਾਲ ਨਵੀਂ ਵੀ